ਮਾਲਵਾ ਬਰਲੀਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪਿਆਨ ਪ੍ਰਾਂਵ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਤੁਹਾਡੇ ਲਈ ਬਹੁਤ ਸਾਰੀਆਂ ਵਿਸ਼ੇਸ਼ ਜਾਣਕਾਰੀਆਂ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ 2024 ਵਿੱਚ ਪੰਜਾਬ ਪੁਲਿਸ ਕਾਂਸਟੇਬਲ ਤੇ ਸਬ ਇੰਸਪੈਕਟਰ ਦੀਆਂ ਪੜਤੀਆਂ ਨੂੰ ਲੈ ਕੇ ਬਹੁਤ ਸਾਰੇ ਬੱਚੇ ਤਿਆਰੀਆਂ ਕਰ ਰਹੇ ਨੇ ਮੈਨੂੰ ਉਮੀਦ ਹੈ ਵੀ ਹੁਣ ਤੁਸੀਂ ਕਾਂਸਟੇਬਲ ਦੇ ਪੇਪਰ ਦੀਆਂ ਤਿਆਰੀਆਂ 'ਚ ਦਿਨ ਰਾਤ ਇੱਕ ਕਰ ਰਹੇ ਹੋਵੋਗੇ ਬਟ ਉਸ ਤੋਂ ਵੀ ਪਹਿਲਾਂ ਇੱਕ ਚੀਜ਼ ਸਮਝਣ ਵਾਲੀ ਹੈ ਦੋਸਤੋ ਕਾਂਸਟੇਬਲ ਰੈਂਕ ਇੱਕ ਇਹੋ ਜਿਹਾ ਰੈਂਕ ਹੈ ਜੋ ਕਿ ਪੰਜਾਬ ਪੁਲਿਸ ਬਹੁਤ ਹਾਰਡ ਹੁੰਦੀ ਹੈ ਤੇ ਜਿਸ ਦਾ ਪੇਪਰ ਬਹੁਤ ਸੋਖਾ ਹੁੰਦਾ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਦੂਸਰੀ ਗੱਲ ਹੈ ਪੇਪਰ ਦਾ ਸਿਲੇਬਸ ਬਹੁਤ ਈਜ਼ੀ ਹੈ ਬਸ ਬੇਸਿਕ ਚੀਜ਼ਾਂ ਤੋਂ ਕੁਸ਼ਣ ਆਉਂਦੇ ਆ ਠੀਕ ਹੈ ਜਿਹੜੀ ਕਿ ਤੁਸੀਂ ਰੈਗੂਲਰ ਤੋਤੇ ਜਿਹਾ ਤਿਆਰੀ ਕਰਦੇ ਹੋ ਮਤਲਬ ਦਿਨ ਦੇ ਵਿੱਚ 6 ਜਾਂ 7 ਘੰਟੇ ਪੜ੍ਹਦੇ ਹੋ ਤਾਂ ਪੇਪਰ ਈਜ਼ੀਲੀ ਕਰੈਕ ਹੋ ਜਾਂਦਾ ਠੀਕ ਹੈ ਜੀ ਫਰੈਸ਼ਰ ਬੱਚਾ ਵੀ ਤੇ ਪੁਰਾਣਾ ਬੱਚਾ ਵੀ ਤੇ ਸਬ ਇਨਸਪੈਕਟਰ ਜਿਹੜਾ ਪੇਪਰ ਹੈਗਾ ਉਹ ਚੰਗਾ ਰੈਂਕ ਹੁੰਦਾ ਤੁਹਾਨੂੰ ਪਤਾ ਹੈ ਦੋ ਤਾਰਿਆਂ ਵਾਲਾ ਜਿਹੜਾ ਕਿ ਇੱਕ ਇਨਸਪੈਕਟਰ ਰੈਂਕ ਦੇ ਬਰਾਬਰ ਹੁੰਦਾ ਹੈ ਹਨਾ ਜੀ ਤੇ ਜੋ ਕਿ ਬੈਂਪ੍ਰਾਵਾਂ ਲਈ ਪਤਾ ਹੈ ਵੀ ਪੇਪਰ ਇੱਕ ਹਾਰਡ ਹੁੰਦਾ ਦੋ ਪੇਪਰ ਦੇਨੇ ਹੁੰਦੇ ਆ ਹਨਾ ਜੀ ਤੇ ਦੂਸਰੀ ਗੱਲ ਇਹ ਪੇਪਰ ਜਿਹੜਾ ਹੈਗਾ ਮੁਸ਼ਕਿਲ ਇਸ ਕਰਕੇ ਹੁੰਦਾ ਕਿਉਂਕਿ ਇਹਨਾਂ ਪੇਪਰਾਂ ਦੀ ਤਿਆਰੀ ਕਰਨ ਲਈ ਕਮ ਸੇ ਕਮ 12 ਮਹੀਨੇ ਦਾ ਲਗਭਗ ਸਮਾਂ ਚਾਹੀਦਾ ਜੇਕਰ ਐਕੂਰੇਟਲੀ ਆਪਾਂ ਇਸ ਪੇਪਰ ਨੂੰ ਕੁਆਲੀਫਾਈ ਕਰਨਾ ਹੈ ਬਾਕੀ ਦੋਸਤੋ ਜਿਹੜੇ ਪੰਜਾਬ ਪੁਲਿਸ ਦੀ ਬੱਚੇ ਤਿਆਰੀ ਕਰਦੇ ਨੇ ਉਹਨਾਂ ਨੂੰ ਤਾਂ ਆਲਰੇਡੀ ਪਤਾ ਹੁੰਦਾ ਹੈ ਵੀ ਸਾਡੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਸਾਨੂੰ ਦੇਸ਼ ਦੀ ਸੇਵਾ ਵੀ ਕਰਨੀ ਹੋਊਗੀ ਜਿਸ ਕਰਕੇ ਇਹ ਭਰਤੀਆਂ ਬਹੁਤ ਅਹਿਮ ਮਤਵ ਰੱਖਦੀਆਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੋ ਇਸੇ ਕਰਕੇ ਜਿਹੜੇ ਪੰਪਰਾ ਤਿਆਰੀ ਕਰ ਰਹੇ ਆ ਉਹ ਕਠੋਰ ਮਾਨਾ ਤਿਆਰੀ ਕਰੋ ਤਾਂ ਕਿ ਅੱਗੇ ਜ਼ਿੰਦਗੀ ਨੂੰ ਤੁਸੀਂ ਵਧੀਆ ਬਤੀਤ ਕਰ ਸਕੋ ਹੁਣ ਦੋਸਤੋ ਇੱਕ ਛੋਟੀ ਜੀ ਐਗਜ਼ਾਮਪਲ ਜਰੂਰ ਸਮਝਿਓ ਇਹ ਤੁਹਾਡੇ ਲਈ ਬਹੁਤ ਮਤਮਪੂਰਨ ਰੱਖਦੀ ਹੈ ਜੇਕਰ ਤੁਸੀਂ ਕੁਆਲੀਫਾਈ ਕਰਨੀ ਹੈ ਠੀਕ ਹੈ ਜੀ ਭਰਤੀ ਸਭ ਤੋਂ ਪਹਿਲਾਂ ਦੇਖੋ 2.5 ਲੱਖ ਬੱਚਾ ਮੈਂ ਇਹ ਅਨੁਮਾਨ ਲਾਇਆ ਹੈ ਜਿਹ ਦਾ ਕਿਸੇ ਨਾ ਕਿਸੇ एग्जाम ਨੂੰ ਕਰੈਕ ਕਰਨੀ ਠੀਕ ਹੈ ਉਹਨਾਂ ਵਿੱਚੋਂ ਵੀ 50000 ਦੇ ਕਰੀਬ ਹੀ ਬੱਚਾ ਜਿਹੜਾ ਇੱਕ ਸੀਰੀਅਸ ਹੁੰਦਾ ਹੈ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਆਉਣਾ ਚਾਹੁੰਦਾ ਹੈ ਮਤਲਬ ਡਿਪਾਰਟਮੈਂਟ ਇਸ ਨੂੰ ਚੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ ਹਰੇਕ ਤੇ ਵਸ ਦੀ ਗੱਲ ਨਹੀਂ ਪੰਜਾਬ ਪੁਲਿਸ ਜਾਣਾ ਕਿਉਂਕਿ ਕੱਦ ਦਾ ਵੀ ਹੁੰਦਾ ਹੈ ਪੜਾਈ ਦਾ ਵੀ ਇੱਕ ਸਿਸਟਮ ਹੁੰਦਾ ਹੈ ਤੇ ਦੂਸਰੀ ਗੱਲ ਹੈ ਵੀ ਇਸ ਇਸ ਦੇ ਵਿੱਚ ਫਿਜ਼ੀਕਲ ਟ్రਾਇਲ ਵੀ ਹੈ ਹਨਾ ਜੀ ਤੇ ਫਿਜ਼ੀਕਲ ਤੇ ਮੈਡੀਕਲ ਨੂੰ ਲੈ ਕੇ ਜੇਕਰ ਗੱਲ ਕਰੀਏ 25000 ਦੇ ਕਰੀਬ ਬੱਚਾ ਫਿੱਟ ਹੈ ਜੇਕਰ 50000 ਦੇ ਵਿੱਚੋਂ ਵੀ ਕੱਢੀਏ 25000 ਦੇ ਕਰੀਬ ਕਿਵੇਂ ਜਿਹੜੇ ਕਿ ਡੇਲੀ ਐਥਲੀਟ ਵਰਕ ਕਰਦੇ ਆ ਮਤਲਬ ਜੋ ਵੀ ਗਰਾਊਂਡ ਦਾ ਉਹ ਗਰਾਊਂਡਾਂ ਵਿੱਚ ਉਤਰਦੇ ਆ ਇਹ ਬੱਚੇ ਜਿਹੜੇ ਫਿਜ਼ੀਕਲੀ ਮੈਡੀਕਲੀ ਦੋਵੇਂ ਤਰ੍ਹਾਂ ਦੇ ਫਿੱਟ ਹੈ ਤੇ ਮੈਂਟਲੀ ਵੀ ਤਾਂ ਕਿ ਦੋਵੇਂ ਚੀਜ਼ਾਂ ਨੂੰ ਹੈਂਡਲ ਕਰ ਸਕਣ ਜੇਕਰ ਭਰਤੀ ਦੀ ਤਿਆਰੀ ਕਰ ਰਹੀ ਹੈ ਬਾਕੀ ਨੌਲੇਜ ਕਿੰਨਾਂ ਨੂੰ ਹੁੰਦੀ ਹੈ 10000 ਬੱਚਿਆਂ ਨੂੰ ਕਿਉਂਕਿ ਇਹੀ ਕੰਮ ਹੈ ਦੋਸਤੋ 10000 ਬੱਚਾ ਇਹੋ ਜਿਹਾ ਹੁੰਦਾ ਜਿਹੜਾ ਤਿਆਰ ਹੋਇਆ ਹੁੰਦਾ ਪ੍ਰੋਪਰ ਤਰੀਕੇ ਨਾਲ ਉਹੀ ਬੱਚਾ ਫਿਜ਼ੀਕਲ ਟ੍ਰਾਇਲ ਤੱਕ ਪਹੁੰਚਦਾ ਉਹੀ ਬੱਚਾ ਡਾਕੂਮੈਂਟ ਸਕਰੀਨਿੰਗ ਤੱਕ ਪਹੁੰਚਦਾ ਤੇ ਫਾਈਨਲ ਲਿਸਟ ਦੇ ਵਿੱਚ ਉਸ ਦੇ ਵਿੱਚੋਂ ਹੀ ਕਰੀਮ ਬੱਚੇ ਜਿਹੜੇ ਹੈਗੇ ਚੁਣੇ ਜਾਂਦੇ ਆ ਠੀਕ ਹੈ ਜੀ ਕਰੀਮ ਤੋਂ ਪਾਪ ਜਿਹੜੇ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਤੇ ਕਹਿੰਦਾ ਪਾਪ ਜਿਹੜੇ ਹੈਗੇ ਸ਼ਾਰਪ ਹੁੰਦੇ ਆ ਦੂਸਰੀ ਗੱਲ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਰੈਂਕ ਹਾਸਲ ਕੀਤਾ ਹੁੰਦਾ ਕਿਸੇ ਨਾ ਕਿਸੇ ਮਤਲਬ ਕੈਡਰ ਵਿੱਚ ਕਿਸੇ ਨਾ ਕਿਸੇ ਮਤਲਬ ਰੈਂਕ ਦੇ ਵਿੱਚ ਠੀਕ ਹੈ ਜੀ ਸੋ ਇਸੇ ਕਰਕੇ ਮੈਂ ਕਹਿ ਰਿਹਾ ਵੀ ਤੁਹਾਡਾ ਮੁਕਾਬਲਾ ਬਹੁਤ ਹੀ ਘੱਟ ਬੱਚਿਆਂ ਨਾਲ ਹੈ ਬਸ ਫਾਰਮ ਭਰਨ ਵਾਲੇ ਬਥੇਰੇ ਹੋਣਗੇ ਕਿਉਂਕਿ ਫਾਰਮ ਤਾਂ ਹਰ ਕੋਈ ਏਦਾਂ ਭਰ ਜਾਂਦਾ ਵੀ ਚਲੋ ਕੋਈ ਨਹੀਂ ਇੱਕ ਵਾਰੀ ਫਾਰਮ ਭਰিয়ে ਪੇਪਰ ਦੀ ਤਿਆਰੀ ਵੇਖੀ ਦੇਖੀ ਜਾਊਗੀ ਹੁਣ ਅਗਲੀ ਗੱਲ ਹੈ ਜੇਕਰ ਕੋਈ ਬੱਚਾ 1 ਸਾਲ ਸਟੱਡੀ ਵੀ ਕਰ ਲੈਂਦਾ ਕਿਸੇ ਵੀ ਸਿਲੇਬਸ ਨੂੰ ਮਤਲਬ ਪੰਜਾਬ ਪੁਲਿਸ ਦਾ ਸਿਲੇਬਸ ਸਟੱਡੀ ਵੀ ਕਰ ਲੈਂਦਾ ਵਧੀਆ ਲੈਵਲ ਤੇ ਤਾਂ ਉਹ ਬੱਚਾ ਕਨਸਟੇਬਲ ਰੈਂਕ ਦੀ ਭਰਤੀ ਨੂੰ ਤਾਂ ਸ਼ਾਇਦ ਹੀ ਵੇਖੇ ਕਿਉਂਕਿ ਉਹ ਬੱਚਾ ਪੀ ਟ੍ਰਿਪਲ ਐਸ ਪੀ ਜਾਂ ਫਿਰ ਕਹਿੰਦਾ ਆ ਪਟਵਾਰੀ ਵਗੈਰਾ ਜਿਹੜੇ ਤੁਸੀਂ ਕਹਿੰਦੇ ਹੋ ਐਕਸਾਈਜ਼ ਇੰਸਪੈਕਟਰ ਇਹਨਾਂ ਭਰਤੀਆਂ ਦੇ ਵਿੱਚ ਵੀ ਨਿਗਾਹ ਮਾਰਦਾ ਕਿਉਂਕਿ ਉਹਨੂੰ ਏਦਾਂ ਹੁੰਦਾ ਵੀ ਕਨਸਟੇਬ ਕਿਉਂਕਿ ਦੋਸਤੋ ਕਨਸਟੇਬਲ ਦੀ ਜਿਹੜੀ 10th+2 ਦੀ ਭਰਤੀ ਹੈਗੀ ਹੈ ਜਿਹੜੀ ਕਿ ਬਹੁਤ ਹੀ ਲੋਅਰ ਜੋਬ ਹੈ ਗ੍ਰੈਜੂਏਸ਼ਨ ਵਾਲਾ ਬੱਚਾ ਦਾ ਬਿਲਕੁਲ ਸੰਗਦਾ ਹੈ ਜੇਕਰ ਇਸ ਜੋਬ ਦੇ ਵਿੱਚ ਆਂਦਾ ਹੈ ਮਗਰ ਗਵਰਨਮੈਂਟ ਜੋਬ ਆਪਣੀ ਬਹੁਤ ਹੀ ਇੰਪੋਰਟੈਂਸ ਰੱਖਦੀ ਹੈ ਸੋ ਇਸੇ ਕਰਕੇ ਹਰੇਕ ਬੱਚਾ ਇਸ ਨੂੰ ਪਰਦਾ ਚਾਹੇ ਗ੍ਰੈਜੂਏਸ਼ਨ ਹੈ ਚਾਹੇ ਐਮਐਡਾ ਚਾਹੇ ਐਮਏ ਵਗੈਰੇ ਕੀਤੀ ਹੋਈ ਹੈ 10th+2 ਵਾਲੇ ਦਾ ਚਲੋ ਅਲੱਗ ਗੱਲ ਹੈ ਮਗਰ ਦੋਸਤੋ ਅੱਜਕੱਲ ਗਵਰਨਮੈਂਟ ਜਿਹੜੀ ਹੈਗੀ ਹੈ ਕੋਸ਼ਿਸ਼ ਕਰ ਰਹੀ ਹੈ ਵੀ ਹਰੇਕ ਨੂੰ ਉਹਦੀ এডਿਕੇਸ਼ਨ ਦੇ ਅਕੋਰਡਿੰਗ ਜਿਹੜੀ ਜੋਬ ਪ੍ਰਾਪਤ ਕੀਤੀ ਜਾਵੇ ਦਿੱਤੀ ਜਾ ਬਟ ਮੈਨੂੰ ਲਾ ਉਮੀਦ ਹੈ ਵੀ ਆਉਣ ਵਾਲੇ 10 ਸਾਲਾਂ ਤੱਕ ਜਿਹੜੀ 10th+2 ਵਾਲੀ ਭਰਤੀ ਹੈ 10th+2 ਵਾਲੇ ਹੀ ਭਰਨਗੇ ਕਿਉਂਕਿ ਗ੍ਰੈਜੂਏਸ਼ਨ ਵਾਲੇ ਫਿਰ ਆਪਣੀ ਫੀਲਡ ਦੀਆਂ ਜੌਬਸ ਦੇਖਣ ਨੂੰ ਤਿਆਰ ਰਹਿਣਗੇ ਕਿਉਂਕਿ ਹੁਣ ਭਗਵੰਤਮਾਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਮਿਹਨਤ ਕਰ ਰਹੀ ਹੈ ਬਸ ਇਲੈਕਸ਼ਨਾਂ ਦੀ ਥੋੜੀ ਜਿਹੀ ਖਤਮ ਹੋ ਲੈਣ ਤੋਂ ਉਸ ਤੋਂ ਬਾਅਦ ਦੇਖਿਓ ਤੁਹਾਨੂੰ ਭਰਤੀਆਂ ਦਾ ਇੱਕ ਵਾਰੀ ਫਿਰ ਹੜ ਦੇਖਣ ਨੂੰ ਮਿਲਣਾ ਹੈ ਬਾਕੀ ਤੁਸੀਂ ਦੋਸਤੋ ਪਹਿਲੇ 3 ਮਹੀਨੇ 2024 ਦੇ ਦੇਖਿਆ ਹੀ ਹੋਵੇਗਾ ਇਹੋ ਜਿਹੀਆਂ ਭਰਤੀਆਂ ਵੀ ਕੱਢੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਜਿਹੜੇ ਡਿਪਾਰਟਮੈਂਟਾਂ ਦੇ ਵਿੱਚ ਕ ਬੇਸ ਦੇ ਹਿਸਾਬ ਨਾਲ ਹਨ ਜੀ ਹੁਣ ਇੱਕ ਗੱਲ ਹੋਰ ਹੈ ਦੋਸਤੋ 80000 ਦੇ ਕਰੀਬ ਹਜੇ ਤੱਕ ਪੁਲਿਸ ਅਧਿਕਾਰੀ ਵਰਕ ਕਰ ਕੰਮ ਕਰ ਰਹੇ ਨੇ ਨਵੇਂ ਭਰਤੀ ਚਲੋ ਅਲੱਗ ਹੋਣਗੇ ਉਹ ਗੱਲ ਵੱਖਰੀ ਹੈ ਮੇਨ ਗੱਲ ਹੈ ਤੁਸੀਂ ਇਹਨਾਂ ਵਿੱਚੋਂ ਵੀ ਕਹਿੰਦਾ ਆਪਾਂ ਬਹੁਤ ਸਾਰੇ ਰਿਟਾਇਰਮੈਂਟ ਰੇਟ ਤੇ ਬੈਠੇ ਨੇ ਜਿਨ੍ਹਾਂ ਦੀ ਡੇ ਡੇ 2-2 ਸਾਲ ਰਹਿ ਗਏ ਨੇ ਤੇ ਉਸ ਤੋਂ ਬਾਅਦ ਹਿਊਜ ਕੁਆਂਟੀਟੀ ਮਤਲਬ ਕਹਿੰਦਾ ਆਪਾਂ ਬਹੁਤ ਵੱਡੀ ਗਿਣਤੀ ਵਿੱਚ ਭਰਤੀਆਂ ਹੋਣੀਆਂ ਕਿਉਂਕਿ ਹੁਣ ਜਿਹੜੀ ਐਨੂਅਲ ਭਰਤੀ ਦਾ ਕਾਰਨ ਹੀ ਇਹ ਸੀ ਵੀ ਜਿਹੜੀਆਂ ਹੁਣ ਰਿਟਾਇਰਮੈਂਟਾਂ ਹੋ ਰਹੀਆਂ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ ਬਾਕੀ ਦੋਸਤੋ ਇਹ ਨਹੀਂ ਹੈ ਹੋਣਗੇ ਐਸਆਈ ਵੀ ਰਿਟਾਇਰ ਹੋਣੇ ਆ ਏਐਸਆਈ ਵੀ ਰਿਟਾਇਰ ਹੋਣੇ ਆ ਇਨਸਪੈਕਟਰ ਵੀ ਰਿਟਾਇਰ ਹੋਣਗੇ ਇਹੋ ਜੀਆਂ ਬਹੁਤ ਸਾਰੀਆਂ ਤੁਹਾਨੂੰ ਕਹਿੰਦਾ ਆਪਾਂ ਭਰਤੀਆਂ ਵੇਖਣ ਨੂੰ ਮਿਲਣੀਆਂ ਜਿਨ੍ਹਾਂ ਦੇ ਵਿੱਚ ਕਹਿੰਦਾ ਪੋਰ ਲੋਡ ਪੈਣੀ ਆ ਤੁਹਾਡੇ ਵਰਗੇ ਬੱਚਿਆਂ ਦੀ ਸੋ ਇਸੇ ਕਰਕੇ ਤੁਸੀਂ ਘਬਰਾਉਣਾ ਜੇਕਰ ਕੌਨਸਟੇਬਲ ਦੇ ਵਿੱਚ ਸਿਲੈਕਸ਼ਨ ਨਹੀਂ ਹੁੰਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਹੈੱਡ ਕੌਨਸਟੇਬਲ ਤੇ ਏਐਸਆਈ ਤੇ ਤੁਸੀਂ ਆਸ ਰੱਖੋ ਉਹ ਕਦੇ ਵੀ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕਦਾ ਹੈ ਇਲੈਕਸ਼ਨਾਂ ਤੋਂ ਬਾਅਦ ਕਿਉਂਕਿ 1450 ਭਰਤੀ ਜਿਹੜੀ ਹੈਗੀ ਉਸ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਜੇ ਪ੍ਰਵਾਨਗੀ ਦਿੱਤੀ ਹੈ ਤਾਂ ਆ ਵੀਡੀਓ ਤਿਆਰੀ ਕਰਦੇ ਰਹੋ ਜਿੱਥੇ ਲੱਕ ਹੋਇਆ ਤੁਹਾਡੀ ਜਿਹੜੀ ਹੈਗੀ ਕਹਿੰਦਾ ਰੋਟੀ ਪਾਣੀ ਲਿਖਿਆ ਤੁਸੀਂ ਪਹੁੰਚ ਜਾਓਗੇ ਤੇ ਤੁਸੀਂ ਦੇਖੋ ਦੋਸਤੋ ਵੀ ਪੰਜਾਬ ਪੁਲਿਸ ਕਨਸਟੇਬਲ ਦੀਆਂ ਭਰਤੀਆਂ ਨੂੰ ਲੈ ਕੇ ਹਜੇ ਤੱਕ ਬੱਚੇ ਇਹੀ ਸੋਚੀ ਜਾਂਦੇ ਸਿਲੇਬਸ ਕਿਹੜਾ ਕਰੀਏ ਘਬਰਾਉਣ ਦੀ ਲੋੜ ਨਹੀਂ ਸਿਲੇਬਸ ਇੱਕੋ ਹੀ ਹੈ ਬਸ ਗੱਲ ਇਹ ਹੈ ਤੁਹਾਡੇ ਬੇਸਿਕਸ ਕਲੀਅਰ ਹੋਣ ਉਸ ਤੋਂ ਬਾਅਦ ਐਡਵਾਂਸ ਲੈਵਲ ਦੇ ਤੁਸੀਂ ਕੁਐਸਚਨ ਕਰੋ ਬਾਕੀ ਦੋਸਤੋ ਐਮਸੀਕਿਊਜ਼ ਇਕੱਲੇ ਲਗਾਉਣ ਨਾਲ ਨਹੀਂ ਪੇਪਰ ਕ੍ਰੈਕ ਹੁੰਦੇ ਕਮ ਸਿਕਮ ਇੱਕ ਵਾਰੀ ਤਾਂ ਕੋਚਿੰਗ ਲੈਣੀ ਪੈਂਦੀ ਹੈ ਜੇਕਰ ਤੁਸੀਂ ਫਰੈਸ਼ ਹੋ ਠੀਕ ਹੈ ਕਿਉਂਕਿ YouTube ਰਾਹੀਂ ਆਪਾਂ ਸਿਰਫ ਕਨਸਟੇਬਲ ਜਾਂ ਇਹਦੂ ਲੋਅਰ ਰੈਂਕ ਵਾਲੇ ਪੇਪਰ ਕ੍ਰੈਕ ਕਰ ਸਕਦੇ ਆ ਜੇਕਰ ਤੁਸੀਂ ਹੈੱਡ ਕਨਸਟੇਬਲ ਐਸਐਸਆਈ ਜਾਂ ਹੋਰ ਪੱਤੀਆਂ ਕ੍ਰੈਕ ਕਰਨੀਆਂ ਤਾਂ ਡੈਫੀਨਿਟਲੀ ਇੱਕ ਵਾਰੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਥਾਂ ਤੇ ਵਧੀਆ ਕੋਚਿੰਗ ਲੈਣੀ ਪੈਣੀ ਹੈ ਉਸ ਤੋਂ ਬਾਅਦ ਹੀ ਤੁਸੀਂ ਬੁੱਕਸ ਫੋਲੋ ਕਰ ਸਕਦੇ ਹੋ ਇੱਕ 1450 ਭਰਤੀ ਤੇ ਐਨੂਅਲ ਭਰਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਹੈ ਅਲੱਗ-ਅਲੱਗ ਆਣੀ ਹੈ ਠੀਕ ਹੈ ਜੀ ਐਨੂਅਲ ਭਰਤੀਆਂ ਦਾ ਤੁਹਾਡੀਆਂ ਹਰ ਸਾਲ ਵਿਖੇ ਨੂੰ ਮਿਲਣੀ ਹੈ ਸਬ ਇਨਸਪੈਕਟਰ ਦੀ ਭਰਤੀ ਹੋ ਸਕਦੀ ਹੈ ਹੈੱਡ ਕਨਸਟੇਬਲ ਦੀ ਈਐਸਆਈ ਦੀ ਇਹਨਾਂ ਭਰਤੀਆਂ ਜੇਕਰ ਆਣੀਆਂ ਹੈ ਤੇ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਐਵੇਂ ਡਾਊਟ ਦੇ ਵਿੱਚ ਰਹਿ ਰਹੇ ਹੋ ਵੀ ਕਦੋਂ ਨੋਟੀਫਿਕੇਸ਼ਨ ਆਊਗਾ ਦੇਖੋ ਦੋਸਤੋ ਜਿੱਦਾਂ ਨੋਟੀਫਿਕੇਸ਼ਨ ਆਇਆ ਤੁਹਾਡੇ ਕੋਲ ਸਮਾਂ ਸਿਰਫ 3 ਜਾਂ 4 ਮਹੀਨੇ ਦਾ ਹੋਊਗਾ ਹੁਣ ਤੁਹਾਡੇ ਕੋਲ ਖੁੱਲਾ ਸਮਾਂ ਆਪਣੇ ਆਪ ਨੂੰ ਚੈਲੰਜ ਕਰੋ ਵੀ ਆਪਾਂ ਡੇਢ ਮਹੀਨੇ ਦੇ ਵਿੱਚ 2 ਮਹੀਨੇ ਵਿੱਚ ਸਿਲੇਬਸ ਕਵਰ ਕਰਨਾ ਸੀਰੀਜ਼ ਲਗਾਵਾ ਜਾਂ ਫਿਰ ਟੈਸਟ ਸੀਰੀਜ਼ ਲਗਾਵਾ ਜਿਸ ਨਾਲ ਮੈਨੂੰ ਪਤਾ ਲੱਗੇ ਵੀ ਮੈਂ ਪੇਪਰ ਦੇ ਵਿੱਚ ਬੈਠਣ ਯੋਗ ਹੈਗਾ ਜਾਂ ਨਹੀਂ ਠੀਕ ਹੈ ਜੀ ਕਿਉਂਕਿ ਬੱਚੇ ਇਹੀ ਗਲਤੀ ਕਰ ਦਿੰਦੇ ਆ ਵੀ ਪਹਿਲਾਂ ਪੇਪਰ ਦੀ ਤਿਆਰੀ ਕਰਦੇ ਨਹੀਂ ਪੇਪਰ ਦੀ ਹੋਣ ਦੀ ਸਪੋਰਟ ਤਿਆਰੀ ਕਰਨ ਦਾ ਫਾਇਦਾ ਕੋਈ ਨਹੀਂ ਹੁੰਦਾ ਨਾ ਤੁਸੀਂ ਟੈਸਟ ਸੀਰੀਜ਼ ਜੁਆਇਨ ਕਰ ਸਕਦੇ ਹੋ ਨਾ ਤੁਸੀਂ ਤਿਆਰੀ ਕਰ ਸਕਦੇ ਹੋ ਸਿਰਫ ਤੁਸੀਂ ਰਿਵੀਜ਼ਨ ਹੀ ਕਰ ਸਕਦੇ ਹੋ ਰਿਵੀਜ਼ਨ ਨਾਲ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਟੈਸਟ ਸੀਰੀਜ਼ ਵਿੱਚ ਉਹ ਕੁਸ਼ਨ ਪਾਈ ਜਾਂਦੇ ਆ ਜਿਹੜੀਆਂ ਚੀਜ਼ਾਂ ਜ਼ਰੂਰ ਸੀ ਕਹਿੰਦਾ ਪੇਪਰ ਦੇ ਵਿੱਚ ਆ ਕੇ ਫੇਸ ਕਰਨੀਆਂ ਸੋ ਇਹਨਾਂ ਚੀਜ਼ਾਂ ਨੂੰ ਮਤਲਬ ਦਿਆ ਕਰੋ 1450 ਜਾਂ ਐਨੂਅਲ ਭ ਬੱਦਰੀ ਹੈ ਸੋ ਇਸੇ ਕਰਕੇ ਹੁਣ ਬੇਫਾਲਤੂ ਦੀਆਂ ਰੀਲਾਂ ਦੇਖਨ ਨਾਲੋ ਜਾਂ ਫਿਰ ਇੰਸਟਾਗ੍ਰam ਦੇ ਉੱਤੇ ਬੇਫਾਲਤੂ ਟਾਈਮ ਸਪੈਂਡ ਕਰਨ ਨਾਲੋ ਤੁਸੀਂ ਕੋਸ਼ਿਸ਼ ਕਰਿਆ ਕਰੋ ਆਪਣਾ ਜਿਹੜਾ ਹੈਗਾ ਸਿਲੇਬਸ ਕਵਰ ਕਰੋ ਜਲਦੀ ਤੋਂ ਜਲਦੀ ਉਸ ਨੂੰ ਰੋਜ਼ ਰੋਜ਼ਾਨਾ ਤੌਰ ਤੇ ਜਾਂ ਵੀਕਲੀ ਤੌਰ ਤੇ ਤੁਸੀਂ ਰਿਵੀਜ਼ਨ ਕਰੋ ਤੇ ਉਹ ਸਿਲੇਬਸ ਦੇ ਜਿਹੜੇ ਹੈਗੇ ਜਿਹੜੇ ਸਬਜੈਕਟ ਤੁਸੀਂ ਕਰ ਰਹੇ ਹੋ ਉਹਨਾਂ ਦੇ ਕੋ एमसीक्यू ਸੀਰੀਜ਼ YouTube ਤੇ ਲਾਓ ਤੇ ਜਾਂ ਫਿਰ ਕਿਸੇ ਇੰਸਟੀਟਿਊਟ ਤੋਂ ਟੈਸਟ ਸੀਰੀਜ਼ ਜੁਆਇਨ ਕਰੋ ਠੀਕ ਹੈ ਜੀ ਬਾਕੀ ਮੇਰੀ ਉਮੀਦ ਹੈ ਤੁਸੀਂ ਗੱਲ ਸਮਝ ਗਏ ਹੋਵੋਗੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਬੈਲ ਆਈਕਨ ਪ੍ਰੈਸ ਕਰੋ ਇਹ ਸਾਰੀਆਂ ਅਪਡੇਟਸ ਇਹ ਇਹੀ ਦੇਖਣ ਨੂੰ ਮਿਲਨੀ ਹੈ ਕੋਈ ਹੋਰ YouTube ਚੈਨਲ ਉੱਤੇ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਕੋਈ ਵੀ ਇੰਨਾ ਤੁਹਾਡੇ ਲਈ ਨਹੀਂ ਕਰਦਾ ਸੋ ਸਾਡਾ ਫਰਜ਼ ਮੰਨਦਾ ਤੁਹਾਡੇ ਪੈਨਪ੍ਰਾਵਾਂ ਨਾਲ ਖੜੀਏ ਸਪੋਰਟ ਕਰੀਏ ਆਉਣ ਵਾਲੀ ਵੀਡੀਓਜ਼ ਦੇ ਜ਼ਰੀਏ ਤੁਹਾਨੂੰ ਬਹੁਤ ਸਾਰੀਆਂ ਹੋਰ ਵੀ ਜਾਣਕਾਰੀਆਂ ਦੇਣੀ ਹੈ ਸੋ ਉਮੀਦ ਕਰਦਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਊਗਾ ਜਿੰਨਾ ਵੀ ਹੋ ਤਾਂ ਜਰੂਰ ਕਰ ਲਈਓ ਲਾਈਕ ਕਰਿਓ ਇਸ ਵੀਡੀਓ ਨੂੰ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜਰੂਰ ਦਿਓ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਦਿਲੋਂ ਧੰਨਵਾਦ ਤੇ ਮੇਰੇ ਸਾਰੇ ਪੈਨਪ੍ਰਾਵਾਂ ਨੂੰ ਜੈ ਹਿੰਦ